ਰਾਜੀ ਤੇਰੀ ਜਿਹੜੀ ਤਰ੍ਹਾਂ ਮੈਂ ਸ਼ਾਦੀ ਕੀਤੀ, ਇਹ ਪੁੱਤਰ ਸ਼ਦਰੇ ਮੰਗਦੀ ਹੁੰਦੀ ਸੀ। ਬੜਾ ਸ਼ੋਖਾ ਬੱਚਿਆਂ ਦੇ ਪੁੱਤਰ, ਮੌਤ ਟਾਈ ਵਾਲੇ ਨੂੰ ਵੀ ਆ ਜਾਂਦੀ ਭਾਵੇਂ ਈਜ਼ੀ ਹੋ ਗਈ। ਅਸਲਾਮ ਵਾਲੇਕੁਮ ਦੋਸਤੋ, ਮੈਂ ਤਾਹਿਰ ਮਹਿਮੂਦ ਅਤੇ ਹਾਜ਼ਰ ਹਾਂ ਇੱਕ ਨਵੇਂ ਵੀਡੀਓ ਦੇ ਨਾਲ। ਅੱਜ ਦੇ ਸਾਡੇ ਪ੍ਰਾਹੁਣੇ ਨੇ ਇੱਕ ਬਾਬਾ ਜੀ ਜਿਨ੍ਹਾਂ ਨੇ ਪਹਿਲਾ ਦੌਰ ਵੀ ਦੇਖਿਆ ਅਤੇ ਅੱਜ ਦਾ ਦੌਰ ਵੀ ਦੇਖ ਰਹੇ ਨੇ, ਅਤੇ ਆਓ ਮੈਂ ਤੁਹਾਡੀ ਮੁਲਾਕਾਤ ਕਰਵਾਉਂਦਾ ਵਾਂ। ਅਸਲਾਮ ਵਾਲੇਕੁਮ ਬਾਬਾ ਜੀ। ਵਾਲੇਕੁਮ ਸਲਾਮ ਪੁੱਤਰ ਹੋਏ। ਬਾਬਾ ਜੀ ਕੀ ਹਾਲ ਹੈ, ਠੀਕ ਠਾਕ ਹੋ? ਵਧੀਆ, ਚੰਗਾ, ਜਿਹੜਾ ਟਾਈਮ ਲੰਘ ਜਾਏ ਉਹ ਚੰਗਾ ਹੀ ਹੁੰਦਾ। ਅੱਛਾ ਬਾਬਾ ਜੀ, ਅੱਜ ਅਸੀਂ ਤੁਹਾਡੇ ਨਾਲ ਕੁਝ ਸਵਾਲ ਕਰਨੇ ਨੇ ਅਤੇ ਤੁਸੀਂ ਉਹਦੇ ਜਵਾਬ ਦੇਣੇ। ਕਰ ਮੇਰਾ ਪੁੱਤਰ। ਅੱਛਾ ਬਾਬਾ, ਪੁੱਤਰ ਬੁਢਾਪਾ ਆਇਆ, ਚਾਚੀ ਤੇਰੀ ਵੀ ਸਵਾਲ ਹੀ ਕਰੀ ਜਾਣ ਦੀ। ਮੁੰਡੇ ਵੀ ਕੰਮ ਤੋਂ ਆ ਕੇ ਸਵਾਲ ਹੀ ਕਰਦੇ ਨੇ ਕਿ ਬਾਬਾ ਵਿਹਲਾ ਹੀ ਬੈਠਾ। ਅੱਛਾ ਬਾਬਾ ਜੀ, ਦੱਸੋ ਅੱਜ ਦੇ ਦੌਰ 'ਚ ਤੇ ਪੁਰਾਣੇ ਦੌਰ 'ਚ ਕੀ ਫਰਕ ਹੈ? ਪੁੱਤਰ ਫਰਕ ਕੋਈ ਵੀ ਨਹੀਂ ਐਡਾ। ਪੁਰਾਣੇ ਦੌਰ 'ਚ ਜਰਾ ਠਹਿਰਾਓ ਹੁੰਦਾ ਸੀ, ਇੱਕ ਦੂਜੇ ਦੀਆਂ ਸ਼ਰਮਾਂ ਮਾਰਦੀਆਂ ਸਨ। ਅੱਜ ਵੀ ਸ਼ਰਮੋ ਹਜ਼ਾਰ ਦੇ ਬਹੁਤ, ਲੇਕਿਨ ਦੌਰ ਜਰਾ ਤੇਜ਼ ਹੋ ਗਿਆ। ਪਹਿਲੇ ਕੋਈ ਬਜ਼ੁਰਗ ਆਉਂਦਾ ਸੀ ਤੇ ਰਸਤਾ ਛੱਡ ਦਿੰਦੇ ਸਨ ਕਿ ਬਾਬਾ ਜੀ ਲੰਘੋ, ਹੁਣ ਤੇਜ਼ ਜਾਮੇ ਦਾ ਅਗਲਾ ਵੀਲ ਚੁੱਕ ਲੈਂਦੇ ਨੇ। ਪਹਿਲੇ ਦੌਰ ਦਾ ਤੇ ਇਸ ਦੌਰ ਦਾ ਪੁੱਤਰ ਇਹ ਫਰਕ ਹੈਗਾ। ਅੱਛਾ ਬਾਬਾ ਜੀ, ਦੱਸੋ ਕਿ ਅੱਜ ਕੱਲ ਹਰ ਬੰਦਾ ਰੋਟੀ ਦੇ ਮਗਰ ਭੱਜਿਆ ਫਿਰਦਾ, ਤੁਹਾਡੇ ਦੌਰ ਚ ਵੀ ਇਸ ਤਰ੍ਹਾਂ ਹੀ ਨਫਸਾ ਨਫਸੀ ਪਈ ਹੁੰਦੀ ਸੀ? ਨਹੀਂ ਪੁੱਤਰ, ਸਾਡਾ ਦੌਰ ਬੜਾ ਚੰਗਾ ਸੀ। ਹੁਣ ਤੂੰ ਵੇਖਦਾ ਟ੍ਰੈਫਿਕ ਦਾ ਇਸ਼ਾਰਾ ਬੰਦ ਹੁੰਦਾ ਹੀ, ਇੱਕ ਬੰਦਾ ਨਹੀਂ ਖਲੋਂਦਾ। ਜਨਾਨੀ ਇਸ਼ਾਰਾ ਕਰੇ ਉੱਥੇ ਡੇਢ ਡੇਢ ਘੰਟਾ ਖਲੋਂਦੇ ਨੇ। ਉਦੋਂ ਪੁੱਤਰ ਇਹ ਹੁੰਦਾ ਸੀ ਕਿ ਠਹਿਰਾਓ ਬਹੁਤ ਹੁੰਦਾ ਸੀ, ਨਿੱਕੀਆਂ ਨਿੱਕੀਆਂ ਕੰਧਾਂ ਹੋਣੀਆਂ, ਨਿੰਮਾਂ ਲੱਗੀਆਂ ਹੋਣੀਆਂ ਵਿਹੜਿਆਂ ਦੇ ਵਿੱਚ, ਸ਼ਾਮ ਦੇ ਟਾਈਮ ਸਾਰਿਆਂ ਨੇ ਉੱਥੇ ਇਕੱਠਿਆਂ ਆਉਣਾ, ਇੱਕ ਦੂਜੇ ਦਾ ਹਾਲ ਹਵਾਲ ਪੁੱਛਣਾ। ਹੁਣ ਤੇ ਪੁੱਤਰ ਪੱਕੇ ਘਰ ਬਣਾ ਲਏ ਨੇ, 20-20 ਮੰਜ਼ਿਲ ਆ, ਨਾਲ ਦੇ ਘਰ ਪਤਾ ਹੀ ਨਹੀਂ ਕੋਈ ਜੀ ਰਿਹਾ ਜਾਂ ਮਰ ਰਿਹਾ। ਬਸ ਪੁੱਤਰ ਉਦੋਂ ਦੌਰ ਬੜੇ ਚੰਗੇ ਹੁੰਦੇ ਸਨ, ਨਿੱਕੀਆਂ ਨਿੱਕੀਆਂ ਕੰਧਾਂ ਹੋਣੀਆਂ, ਨਿੰਮ ਲੱਗੀ ਹੋਣੀ ਵਿਹੜੇ ਦੇ ਵਿੱਚ। ਨਿੰਮ ਦਾ ਬੜਾ ਫਾਇਦਾ, ਬਿੰਸੀਆਂ ਫੋੜੇ ਨਹੀਂ ਹੁੰਦੇ। ਅੱਛਾ ਤੁਹਾਡੇ ਵਰਗੇ ਬਾਬੇ ਈਦ ਵਾਲੇ ਦਿਨ ਮਰ ਕੇ ਬੱਚਿਆਂ ਦੀ ਸਾਰੀ ਈਦ ਖਰਾਬ ਕਰ ਦਿੰਦੇ ਨੇ, ਇਹ ਗੱਲ ਸੱਚੀ? ਪੁੱਤਰ ਇਹ ਮੌਤ ਜਿਹੜੀ ਹੈ ਇੱਕ ਦਿਨ ਹੈ, ਇਹਦੇ 'ਚ ਈਦ ਸ਼ਬਰਾਤ ਦਾ ਕੋਈ ਚੱਕਰ ਨਹੀਂ ਹੈਗਾ। ਮੌਤ ਟਾਈ ਵਾਲੇ ਨੂੰ ਵੀ ਆ ਜਾਂਦੀ ਭਾਵੇਂ ਈਦ ਹੀ ਹੋਵੇ। ਤੁਸੀਂ ਗੁੱਸਾ ਕਰ ਗਏ ਬਾਬਾ ਜੀ। ਨਹੀਂ ਪੁੱਤਰ, ਗੁੱਸਾ ਕਾਹਦਾ ਕਰਨਾ ਸੀ, ਸਾਡਾ ਪੁੱਤਰ ਬੜਾ ਚੰਗਾ ਦੌਰ ਹੁੰਦਾ ਸੀ, ਅੱਖ 'ਚ ਹਿਜਾਬ ਬਹੁਤ ਹੁੰਦਾ ਸੀ, ਸੁਰਮੇ ਹੁੰਦੇ ਸਨ ਅੱਖਾਂ 'ਚ, ਦਾਤਣ ਚੱਲਦੀ ਸੀ, ਲੋਕਾਂ ਘੁਲਣਾ, ਘੋੜੀਆਂ ਨੱਸਣੀਆਂ, ਧੱਗੇ ਦੌੜਨੇ। ਹੁਣ ਤੇ ਪੁੱਤਰ ਉਹ ਹੀ ਦੌੜਦੇ ਜਿਹਨੇ ਕਿਸੇ ਦੇ ਪੈਸੇ ਦੇਣੇ ਹੁੰਦੇ, ਉਹਦਾ ਪਤਾ ਲੱਗਦਾ ਵੀ ਉਹ ਤਾਂ ਦੁਬਈ ਹੈ। ਅੱਛਾ ਬਾਬਾ ਜੀ, ਇਹ ਦੱਸੋ ਕਿ ਲਾਹੌਰ 'ਚ ਬਹੁਤ ਜ਼ਿਆਦਾ ਟ੍ਰੈਫਿਕ ਹੈ, ਬਹੁਤ ਜ਼ਿਆਦਾ ਟ੍ਰੈਫਿਕ ਹੋ ਗਈ ਹੈ, ਤੇ ਤੁਹਾਡੇ ਦੌਰ 'ਚ ਵੀ ਇਸ ਤਰ੍ਹਾਂ ਇੰਨੀ ਟ੍ਰੈਫਿਕ ਹੁੰਦੀ ਸੀ? ਉਦੋਂ ਪੁੱਤਰ ਬੜਾ ਠਹਿਰਾਓ ਸੀ, ਐਡਾ ਵਾਧ ਮੋੜ ਹੀ ਨਹਿਰ ਦੇ ਨਾਲ ਦਾ, ਉੱਥੇ ਅਸੀਂ ਰਾਤ ਨੂੰ ਬਹਿਣਾ ਗਰਮੀਆਂ ਦੇ ਦਿਨਾਂ ਦੇ ਵਿੱਚ, ਡੇਢ ਘੰਟੇ ਬਾਅਦ ਪੁੱਤਰ ਇੱਕ ਸਾਈਕਲ ਲੰਘਦੀ ਹੁੰਦੀ ਸੀ, ਲਾਈਟਾਂ ਬੰਦ ਹੁੰਦੀਆਂ ਸੀ, ਇੱਕ ਸਾਈਕਲ ਨੂੰ 40 ਕੁੱਤੇ ਪੈਂਦੇ ਸਨ, ਕਦੀ ਕਦੀ ਤਾਂ ਲੰਘਦੀ ਸੀ ਫਿਰ ਉਹ ਇਕੱਠੇ ਪੈਂਦੇ ਸਨ ਕਿ ਥੋੜੀ ਥੋੜੀ ਹਿੱਸੇ ਆ ਜਾਈਏ। ਯਾਨੀ ਇਹ ਹਿੱਸਾ ਲੋਕਾਂ ਦਾ ਨਹੀਂ ਸੀ, ਕੁੱਤਿਆਂ ਦਾ ਹੁੰਦਾ ਸੀ। ਬੜਾ ਸ਼ੋਖਾ ਬੱਚਿਆਂ ਦੇ ਪੁੱਤਰ। ਸਾਡਾ ਪੁੱਤਰ ਦੌਰ ਬੜਾ ਸਿੱਧਾ ਸੀ, ਦੇਸੀ ਘਿਓ। ਇਹ ਪੁੱਤਰ ਮੈਂ 6 ਰੁਪਏ 3 ਆਨੇ ਸੇਰ ਲਿਆਂਦਾ, ਖੁੱਲਾ ਦੇਸੀ ਘਿਓ। ਹੁਣ ਤੇ ਮੁੰਡੇ ਖਾਂਦੇ ਨਹੀਂ ਕਿ ਬ੍ਰੈਡ ਪੈਕਲ ਹਾਈ ਹੁੰਦਾ, ਅਸੀਂ ਪੁੱਤਰ ਮੂੰਹ ਲਾ ਕੇ ਛੱਡਦੇ ਡੱਬੇ 'ਚ ਵਾਧਾ ਹੋਣ ਲੱਗ ਪੈਂਦੀਆਂ ਸੀ। ਮੈਂ ਜੀ ਤੂੰ ਗੱਲ ਯਾਦ ਕਰਾ ਛੱਡੀ,
ਮੈਂ ਆਪਣੀ ਸਾਲੀ ਵੇਲੇ ਗੱਲਾਂ ਪਾ ਰਹੇ ਹਾਂ। ਮੈਂ ਸੋਚਿਆ ਘਿਓ ਲੈ ਚਲੀਏ, 5 ਕਿਲੋ ਦੇਸੀ ਘਿਓ। ਮੈਂ ਟ੍ਰੇਨ ਚ ਚੜ ਗਿਆ, ਉਹ ਜਿਹੜੀ ਜ਼ੰਜੀਰ ਖਿੱਚੀ ਹੈ ਤੇ ਟ੍ਰੇਨ ਰੋਕ ਨੀ ਜਾਂਦੀ। ਮੈਂ ਸਾਰਾ ਡੱਬਾ ਪੁੱਤਰ ਉਹਦੇ ਨਾਲ ਬੰਨਤਾ, ਉਹ ਕਿਤੇ ਥੱਲੇ ਹੋਈ ਤੇ ਟ੍ਰੇਨ ਰੁਕ ਗਈ। ਰੌਲੇ ਪੈ ਗਏ ਵੀ ਕਿੰਨੇ ਬੰਨਿਆ ਡੱਬਾ, ਕਿੰਨੇ ਬੰਨਿਆ ਡੱਬਾ। ਮੈਂ ਲਾਗੇ ਜਾ ਕੇ ਮੈਂ ਕਿਹਾ ਫਿਰ ਵੇਖੀ ਇਹ ਦੇਸੀ ਘਿਓ ਦੀ ਆ ਤਾਕਤ। ਅੱਛਾ ਬਾਬਾ ਜੀ, ਇਹ ਦੱਸੋ ਕਿ ਤੁਹਾਡੇ ਵਰਗੇ ਬਜ਼ੁਰਗ ਜਿਹੜੇ ਨੇ ਉਹ ਘਰ 'ਚ ਵੀ ਹੁੰਦੇ ਨੇ, ਅਤੇ ਕਹਿੰਦੇ ਨੇ ਕਿ ਉਹ ਸਿਆਣੇ ਕਹਿੰਦੇ ਨੇ ਕਿ ਘਰ ਦੇ ਵਿੱਚ ਚੋਰੀ ਨਹੀਂ ਹੁੰਦੀ, ਇਹ ਗੱਲ ਸੱਚੀ? ਹਾਂ ਪੁੱਤਰ, ਸਾਰੀ ਰਾਤ ਜਾਗਦੇ ਰਹੀ, ਚੋਰੀ ਕਾਹਦੇ ਨਾਲ ਹੋਣੀ ਮੇਰੇ ਆ ਬੱਚਿਆ। ਪੁੱਤਰ ਤੂੰ ਜਿੱਡਾ ਸੁਸਤ, ਤੇਰੇ ਵਰਗਾ ਮੁੰਡਾ ਘਰ ਹੋਵੇ ਤੇ ਦਿਨੇ ਚੋਰੀ ਹੋ ਜਾਂਦੀ, ਕਿਉਂਕਿ ਨਾਸ਼ਤਾ ਕਰਦਾ ਹੀ ਸੌ ਜਾਂਦਾ। ਅੱਛਾ ਬਾਬਾ ਜੀ, ਇਹ ਦੱਸੋ ਕਿ ਤੁਹਾਡੇ ਦੌਰ ਦੀ ਸ਼ਾਦੀ 'ਚ ਅਤੇ ਇਸ ਦੌਰ ਦੀ ਸ਼ਾਦੀ 'ਚ ਕੀ ਫਰਕ? ਇੱਕੋ ਜਿਹੀਆਂ ਹੀ ਪੁੱਤਰ ਸ਼ਾਦੀਆਂ ਨੇ। ਸਾਡੇ ਦੌਰ ਦੇ ਵਿੱਚ 2-2 ਮਹੀਨੇ ਸ਼ਾਦੀਆਂ ਚੱਲਦੀਆਂ ਸੀ, ਬੋਲੀਆਂ ਪਾਉਣੀਆਂ ਬੀਬੀਆਂ ਭੈਣਾਂ ਨੇ, ਹੈ ਲੋਕ ਰੋਟੀ ਦੇ ਮਗਰ ਨਹੀਂ ਸੀ ਭੱਜਦੇ, ਰੋਟੀ ਖੁੱਲੀ ਹੁੰਦੀ ਸੀ, ਬਰਕਤ ਸੀ ਹਰ ਸ਼ਹਿਰ 'ਚ। ਥੋੜੇ ਜਿਹੇ ਵੀ ਪੈਸੇ ਹੋਣੇ, ਸਾਲ ਬਾਅਦ ਕਣਕ ਦੇ ਪੈਸੇ ਲਿਆਉਣੇ ਤੇ ਮੁੱਕਣੇ ਨਾ ਪੁੱਤਰ। 2 ਕਿਲੋ ਦੁੱਧ ਨਹੀਂ ਸੀ ਮੁੱਕਦਾ 20 ਜਾਣਿਆਂ ਕੋਲ, ਇੱਕ ਨੰਬਰ ਹੁੰਦਾ ਸੀ ਪੁੱਤਰ। ਹੁਣ ਤੇ ਦੁੱਧ ਚੋਂ ਕਰੀਮ ਕੱਢ ਲੈਂਦੇ ਨੇ, ਮੱਖਣ ਕੱਢ ਲੈਂਦੇ ਨੇ, ਪਾਣੀ ਪਾ ਦਿੰਦੇ ਨੇ। ਇਹ ਤਾਂ ਸ਼ਰਮੋ ਬੇਸ਼ਰਮੀ ਚਿੱਟਾ ਪੁੱਤਰ, ਨਹੀਂ ਤੇ ਕਾਲਾ ਸਿਆਹ ਹੋ ਜੇ। ਬਿਲਕੁਲ ਪੁੱਤਰ, ਉਦੋਂ ਜਿਹੜੇ ਵਿਆਹ ਹੁੰਦੇ ਸੀ ਰੌਣਕ ਮੇਲੇ ਲੱਗਦੇ ਸੀ, ਗਿੱਧੇ ਪੈਂਦੇ ਸੀ, ਮੈਡਮ ਨੂਰ ਜਹਾਂ ਦੇ ਗਾਣਿਆਂ 'ਚ ਵੀ ਲੋਕਾਂ ਨੇ ਆਪਣੀਆਂ ਜਗ੍ਹਾ ਕਹਿਣੀਆਂ। ਅੱਛਾ, ਉਹਦੇ ਨਾਲ ਦੀ ਜਗ੍ਹਾ ਬਾਬਾ ਜੀ ਤੁਹਾਡੀ ਸੀ? ਪੁੱਤਰ ਵੈਸੇ ਤੂੰ ਜਗ੍ਹਾ ਕੇ ਜਗ੍ਹਾ ਵੇਖ ਨਹੀਂ, ਐਸੀ ਜਗ੍ਹਾ ਵੀ ਹੁੰਦੀ ਪੁੱਤਰ ਜਿੱਥੇ ਜੁਗਤ ਨਹੀਂ ਵੀ। ਯਾਨੀ ਇਹ ਉਹ ਗੱਲ ਜਿਹੜੀ ਕਿਸੇ ਤੇ ਜਗ੍ਹਾ ਕਹਿਣੀ ਹੋਵੇ। ਹਾਂ ਪੁੱਤਰ, ਮੈਂ ਅਖਾੜੇ 'ਚ ਭੁਲਿਆ ਬਹੁਤ ਆ। ਅੱਛਾ, ਹਾਂ ਅਖਾੜੇ 'ਚ ਮੈਂ ਭੁਲਿਆ ਜਵਾਨੀ ਬਾਰੇ, ਅੱਜ ਆਉਂਦਾ ਬੁੱਢਾ ਹੋਇਆ ਮੈਂ ਬਿਮਾਰੀਆਂ ਨਾਲ ਘੁਲ ਰਿਹਾ। ਬਾਬਾ ਜੀ ਤੁਸੀਂ ਮਾਸ਼ਾਅੱਲਾ ਹੁਣ ਵੀ ਬੜੇ ਫਿੱਟ ਫਾਟ ਹੋ। ਇਹ ਪੁੱਤਰ ਤੈਨੂੰ ਮੈਂ ਉੱਤੋਂ ਲੱਗ ਰਿਹਾ ਵਿੱਚੋਂ ਬਿਮਾਰੀਆਂ ਦਾ ਖਾਧਾ ਪਿਆ। 6 ਸਾਲ ਤੇ ਮੈਂ ਮਿਸਟਰ ਗੁਲਾਬ ਦੇ ਵੀ ਰਿਹਾ। ਅੱਛਾ, ਉੱਥੋਂ ਮੈਨੂੰ ਅਵਾਰਡ ਮਿਲ ਗਿਆ ਸੀ ਕਿ ਬਾਬਾ ਜੀ ਸਭ ਤੋਂ ਸੀਨੀਅਰ ਮਰੀਜ਼। ਅੱਛਾ ਬਾਬਾ ਜੀ, ਅੱਜ ਕੱਲ੍ਹ ਜਿਸ ਤਰ੍ਹਾਂ ਦਾ ਦੌਰ ਚੱਲਦਾ ਪਿਆ, ਲੋਕੀ ਲੁੱਕ ਕੇ ਖਾਂਦੇ ਨੇ। ਪਹਿਲੇ ਤਾਂ ਜਿਸ ਤਰ੍ਹਾਂ ਸੁਣਿਆ ਜਾਂਦਾ ਸੀ ਕਿ ਲੋਕੀ ਇਕੱਠੇ ਬਹਿ ਕੇ ਮੁਹੱਲੇ ਦੇ ਵਿੱਚ ਇੱਕ ਦੂਸਰੇ ਨੂੰ ਮਿਲਾ ਕੇ ਖਾਣਾ, ਕਿਆ ਇਹ ਗੱਲ ਸੱਚੀ ਹੈ? ਨਹੀਂ ਪੁੱਤਰ, ਹੁਣ ਦੌਰ ਵੀ ਉਹ ਨਹੀਂ ਰਿਹਾ ਨਾ। ਹੁਣ ਲੋਕਾਂ ਪੱਕੇ ਘਰ ਬਣਾ ਲਏ ਨੇ, ਗੇਟ ਲਵਾ ਲਏ ਨੇ, ਪਤਾ ਹੀ ਨਹੀਂ ਅੰਦਰ ਕੀ ਹੋ ਰਿਹਾ। ਉਦੋਂ ਪੁੱਤਰ ਖੁੱਲੇ ਵਿਹੜੇ ਹੁੰਦੇ ਸੀ, ਇੱਕ ਕੋਠੇ ਤੇ ਚੜ੍ਹਨਾ ਤੇ ਪੂਰਾ ਮਹੱਲਾ ਲੰਘ ਜਾਣਾ। ਰਾਤ ਨੂੰ ਸਾਰੇ ਇਕੱਠੇ ਹੁੰਦੇ ਸਨ, ਪਿਆਰ ਮੁਹੱਬਤ ਬਹੁਤ ਹੁੰਦਾ ਸੀ। ਪਤਾ ਹੁੰਦਾ ਸੀ ਉਹਨਾਂ ਦੇ ਘਰ ਗੋਂਗਲੂ ਪੱਕੇ ਨੇ, ਉਧਰ ਚੌਲ ਪੱਕੇ ਨੇ, ਉਧਰ ਕਾਲੇ ਚਨੇ ਬਣੇ। ਹੁਣ ਪੁੱਤਰ ਚੀਜ਼ਾਂ ਆ ਗਈਆਂ ਘਰਾਂ ਦੇ ਵਿੱਚ, ਇੱਕ ਘਰ ਦੇ ਵਿੱਚ 4 ਭਰਾ ਵੀ ਰਹਿ ਰਹੇ ਨੇ ਤੇ ਚਾਰਾਂ ਨੂੰ ਨੀ ਪਤਾ ਕਿ ਉਹਨੇ ਕੀ ਪਕਾਇਆ ਤੇ ਉਹਨੇ ਕੀ ਪਕਾਇਆ। ਅੱਲਾ ਜਨਤਾ 'ਚ ਘਰ ਕਰੇ ਮੇਰਾ ਭਰਾ ਭਾਈ ਪ੍ਰਵੇਦ, ਉਹਨੇ ਰੋਜ਼ ਮੇਰੀ ਬੁੱਢੀ ਨੂੰ ਪੁੱਛਣਾ ਕਿ ਕੁੜੀਏ ਕੀ ਪਕਾਇਆ। ਮਤਲਬ ਇਹ ਨਹੀਂ ਸੀ ਹੁੰਦਾ ਕਿ ਉਹਨੇ ਖਾਣਾ ਸੀ, ਮਤਲਬ ਇਹ ਹੁੰਦਾ ਸੀ ਕਿ ਇਹਨਾਂ ਕੁਛ ਪਕਾਇਆ ਵੀ ਹੈ ਕਿ ਨਹੀਂ ਪਕਾਇਆ। ਅਹਿਸਾਸ ਬੜਾ ਹੁੰਦਾ ਸੀ ਪੁੱਤਰ, ਪਿਆਰ ਮੁਹੱਬਤ ਬੜਾ ਹੁੰਦਾ ਸੀ, ਲੋਕਾਂ ਨੂੰ ਪੈਸੇ ਸੰਭਾਲਣ ਦਾ ਸ਼ੌਕ ਨਹੀਂ ਸੀ। ਹੁਣ ਪੁੱਤਰ ਜਿਹਦੇ ਕੋਲ 4 ਕਰੋੜ ਰੁਪਇਆ ਉਹ ਕਹਿੰਦਾ 6 ਹੋ ਜਾਏ, ਜਿਹਦੇ ਕੋਲ 7, ਜਿਹਦੇ ਕੋਲ ਪੁੱਤਰ ਇੰਨੇ ਪੈਸੇ ਨੇ ਨਾ, ਉਹ ਵੀ ਨੀਂਦ ਦੀਆਂ ਗੋਲੀਆਂ ਖਾ ਰਿਹਾ ਹੁੰਦਾ। ਯਾਨੀ ਤੁਹਾਡੇ ਕਹਿਣ ਦਾ ਮਤਲਬ ਹੈ ਕਿ ਅੱਜ ਕੱਲ੍ਹ ਨਫਸਾ ਨਫਸੀ ਪੈ ਗਈ ਹੈ, ਆਪਣੀ ਆਪਣੀ ਪੈ ਗਈ ਹੈ, ਆਪਣੀ ਆਪਣੀ ਵੀ ਪੈ ਗਈ ਹੈ ਤੇ ਪੁੱਤਰ ਦੌਰ ਵੀ ਬੜਾ ਤੇਜ਼ ਹੋ ਗਿਆ। ਦੌਰ ਤੇ ਏਡਾ ਤੇਜ਼ ਹੋ ਗਿਆ, ਡਰ ਲੱਗਦਾ ਕਿਤੇ ਉਂਗਲ ਤੇ ਨਾ ਫਿਰ ਜੇ। ਅੱਛਾ ਬਾਬਾ ਜੀ, ਦੱਸੋ ਕਦੇ ਇਸ਼ਕ ਕੀਤਾ ਸੀ? ਹਾਏ ਪੁੱਤਰ, ਕੈਮਰਾ ਬੰਦ ਕਰਕੇ ਯਾਦ ਕਰਾ ਦੇ। ਚਾਚੀ ਤੇਰੀ ਜਿਹੜੀ ਤਰ੍ਹਾਂ ਮੈਂ ਸ਼ਾਦੀ ਕੀਤੀ, ਇਹ ਪੁੱਤਰ ਸ਼ਦਰੇ ਮੰਗਦੀ ਹੁੰਦੀ ਸੀ। ਇਹਨੂੰ ਇੱਕ ਦਿਨ ਕਿਹਾ ਮੈਨੂੰ ਸੜਕ ਪਾਰ ਕਰਾਈ, ਮੈਂ ਫਿਰ ਪੁੱਤਰ ਇਹਨੂੰ ਲਾਰੀ ਅੱਡਾ ਪਾਰ ਕਰਾ ਲਿਆ। ਹੁਣ ਤੇਰੀ ਚਾਚੀ ਚੋਂ 3-4 ਬੱਚੇ ਨੇ ਮੇਰੇ, ਮਾਸ਼ਾਅੱਲਾ।
ਚੰਗੇ ਭਲੇ ਪੜ੍ਹੇ ਲਿਖੇ ਨੇ, ਘਰ ਵਸਿਆ ਮੇਰਾ ਚੰਗਾ ਭਲਾ। ਸ਼ੁਕਰੀਆ। ਇੱਕ ਮੇਰੀ ਮਸ਼ੂਕ ਹੁੰਦੀ ਸੀ ਮੋਨਾ, ਉਹਦੇ ਨਾਲ ਮੈਂ ਜ਼ਿੰਦਗੀ 'ਚ ਸੱਚਾ ਲਵ ਕੀਤਾ, ਉਹਦਾ ਮੇਰਾ ਬੜਾ ਪਿਆਰ ਹੈ। ਉਹ ਚੰਗੀ ਸੀ, ਮੈਂ ਹੀ ਖੱਚ ਤੇ ਜਵਲ ਨਿਕਲਿਆ। ਉਹ ਕਿਸ ਤਰ੍ਹਾਂ? ਬਸ ਪੁੱਤਰ ਮੈਂ ਡਰ ਗਿਆ ਸਾਂ ਕਿ ਮੈਂ ਕਿਹਾ ਫੇਰ ਕਦੀ ਵਿਆਹ ਕਰਾਂਗੇ। ਪੁੱਤਰ ਮੋਨਾ ਨੇ ਮੇਰੇ ਨਾਲ ਬੜੀ ਮੁਹੱਬਤ ਕੀਤੀ, ਉਹ ਚੰਗੀ ਵੀ ਸੀ ਬੜੀ, ਅੱਲਾ ਉਹਨੂੰ ਆਪਣੇ ਘਰ ਬੱਚਿਆਂ ਦੇ ਭਾਗ ਲਾਵੇ, ਬਹੁਤ ਚੰਗੀ ਸੀ। ਪੁੱਤਰ ਹੁਣ ਤੇ ਹਰ ਬੰਦੇ ਨੇ ਮੋਬਾਈਲ ਫੜਿਆ, ਸਾਡੇ ਦੌਰ ਦੇ ਵਿੱਚ ਆਸ਼ਕ ਮਸ਼ੂਕੀ ਦੇ ਅੰਦਾਜ਼ ਕੁਛ ਲਹਿਦਾ ਸਾਂ। ਉੱਤੋਂ ਸ਼ੀਸ਼ਾ ਛੋਟਾ ਜਿਹਾ ਹੋਣਾ, ਮਸ਼ੂਕ ਦੇ ਮੂੰਹ ਤੇ ਲਿਸ਼ਕਾਰੇ ਪਾਉਣੇ, ਬਾਅਦ ਕਿਸੇ ਵੇਲੇ ਸਬਜ਼ੀ ਵਾਲੇ ਦੇ ਮੂੰਹ ਤੇ ਲਿਸ਼ਕਾਰਾ ਪੈ ਜਾਣਾ, ਉਹ ਗੰਦੀਆਂ ਗਾਲਾਂ ਕੱਢਣੀਆਂ। ਅੱਛਾ ਬਾਬਾ ਜੀ, ਦੱਸੋ ਕਿ ਹੁਣ ਕਿਹੜੀ ਕਿਹੜੀ ਚੀਜ਼ ਦੀ ਕਮੀ ਹੈ? ਹਾਏ ਪੁੱਤਰ, ਕੀ ਯਾਦ ਕਰਾ ਛੱਡੇ, ਹਰ ਚੀਜ਼ ਦੀ ਕਮੀ ਲੱਗ ਰਹੀ ਪੁੱਤਰ। ਸਭ ਤੋਂ ਵੱਡੀ ਤੇ ਇੱਕ ਦੂਸਰੇ ਨਾਲ ਪਿਆਰ ਦੀ ਕਮੀ ਹੈ ਪੁੱਤਰ, ਇਮਾਨਦਾਰੀ ਦੀ ਕਮੀ ਹੈ। ਉਹਦੇ ਬਾਅਦ ਇੱਕ ਦੂਜੇ ਦੀ ਜਿਹੜੀ ਇੱਜ਼ਤ ਕਰੀ ਦੀ, ਉਹਦੀ ਬਹੁਤ ਕਮੀ ਹੋ ਗਈ। ਲੋਕਾਂ ਦੇ ਅੰਦਰ ਬਹੁਤ ਜ਼ਿਆਦਾ ਕਮੀਆਂ ਨੇ, ਸਭ ਤੋਂ ਵੱਡੀ ਇਸ ਵੇਲੇ ਕਮਲਿਆ ਰਿਜ਼ਕ ਦੀ ਕਮੀ ਹੋ ਗਈ, ਤੇ ਉਹਦੀ ਇੱਕ ਖਾਸ ਵਜ੍ਹਾ ਹੈ। ਸਾਡੇ ਦੌਰ ਦੇ ਵਿੱਚ ਜਿੱਥੇ ਜਿੱਥੇ ਤੱਕ ਨਜ਼ਰ ਜਾਂਦੀ ਸੀ, ਕਣਕਾਂ ਦੇ ਢੇਰ ਲੱਗੇ ਹੋਣੇ, ਮਕਾਈ ਲੱਗੀ ਹੋਣੀ, ਕਪਾਹ ਲੱਗੀ ਹੋਣੀ। ਹੁਣ ਪੁੱਤਰ ਜਿੱਧਰ ਜਿੱਧਰ ਨਜ਼ਰ ਜਾਂਦੀ, ਕਲੋਨੀਆਂ ਬਣੀਆਂ ਨੇ, ਸਕੀਮਾਂ ਬਣੀਆਂ ਨੇ, ਕਮਾਦ ਜਿਹੜਾ ਉਹਦੇ ਉੱਤੇ ਸੰਗੇ ਮਰਮਰ ਲਾਈ ਜਾ ਰਹੇ, ਕਲੋਨੀਆਂ ਬਣਾਈ ਜਾ ਰਹੀ, ਤੇ ਫਿਰ ਪੁੱਤਰ ਘਰ ਹੀ ਨਜ਼ਰ ਆਉਣੇ ਨੇ, ਰਿਜ਼ਕ ਨਜ਼ਰ ਤੇ ਨਹੀਂ ਨਾ ਆਉਣਾ। ਬਿਲਕੁਲ ਬਿਲਕੁਲ ਬਾਬਾ ਜੀ ਨੇ ਠੀਕ ਕਿਹਾ ਕਿ ਜਿੱਥੇ ਸਾਡੀਆਂ ਫਸਲਾਂ ਉੱਗਦੀਆਂ ਨੇ, ਉੱਥੇ ਆਪਣੀਆਂ ਸਕੀਮਾਂ ਨਾ ਬਣਾਓ। ਇਹਦੇ ਨਾਲ ਹੀ ਇਜਾਜ਼ਤ ਦਿਓ ਤਾਹਿਰ ਮਹਿਮੂਦ ਨੂੰ, ਤੇ ਮਿਲਨੇ ਆ ਅਗਲੇ ਦਿਨ।